ਹਾਂਜੀ ਹਾਂਜੀ ਇਹ ਹੈਗੀ ਆਪਣੀ ਕੋਲ ਮੈਕਡਵਲ ਦੀ ਬੋਤਲ ਬਿਸਕੀ दारू ਕਹਿੰਦੇ ਨੇ ਆਪਾਂ ਇਹ ਹੈਗੀ ਹੈ 4.500 ਦੀ ਬੋਤਲ ਤੁਸੀਂ ਮੈਨੂੰ ਇਹ ਦੱਸੋ ਵੀ ਦੁਨੀਆ ਦੀ ਸਭ ਤੋਂ दारू ਮਹਿੰਗੀ ਕਿਹੜੀ ਹੈ ਕਿਹੜੀ ਸ਼ਰਾਬ ਸਭ ਤੋਂ ਜ਼ਿਆਦਾ ਮਹਿੰਗੀ ਹੈ ਤੇ ਉਹਦੀ ਕੀਮਤ ਹੈਗੀ ਜੀ 29 ਲੱਖ ਰੁਪਈਆ 29 ਲੱਖ ਦੀ ਬੋਤਲ 29 ਲੱਖ ਦੀ ਬੋਤਲ ਹੈ ਹਾਂ ਨਾ ਦੱਸਣੇ ਹੋ ਯਾਰ ਸਭ ਤੋਂ ਮਹਿੰਗੀ ਤਾਂ ਦੇਸੀ ਹੈ ਉਹ ਨਹੀਂ ਮਿਲਦੀ ਕਿਤੇ ਨਾ ਜਿਉਂ ਨਹੀਂ ਮਿਲਦੀ ਛੇਤੀ ਛੇਤੀ ਨਹੀਂ ਮਿਲਦੀ ਜੀ ਆ 29 ਲੱਖ ਦੀ ਬੋਤਲ 29 ਲੱਖ ਦੀ ਬੋਤਲ ਹੈ ਜੀ ਇੱਕਾ ਬਿੰਦੇ ਨੇ ਲੋਕ ਉਹਨੂੰ ਇੰਨੀ ਮੰਗ ਨੂੰ ਬਿੰਦੇ ਨੇ ਜੀ ਬਾਹਰਲੇ ਦੱਸਾਂ ਤੁਸਾਂ ਜੀ ਹੋ ਜ਼ਿਆਦਾ ਆਪਣੇ ਤਾਂ ਮੈਨੂੰ ਲੱਗਦਾ ਪੰਜਾਬ ਚ ਹੋਣੀ ਨਹੀਂ ਕਿ ਹੈਗੀ ਆ ਪੰਜਾਬ ਦੀ ਗੱਲ ਤਾਂ ਛੱਡੋ ਯਾਰ ਇਹ ਚੀਜ਼ ਬਣੀ ਉਹ ਤਾਂ ਹੈਗੀ ਆ ਨਾ ਗੱਲ ਆਏ ਆ 29 ਲੱਖ ਦੀ ਬੋਤਲ ਵੀ ਅਸੀਂ ਅੱਜ ਤੋਂ 2-3 ਸਾਲ ਪਹਿਲਾਂ ਛੱਡਤੀ ਸੀਗੀ ਦਾਰੂ ਉਸ ਤੋਂ ਬਾਅਦ ਅਸੀਂ ਪੀਤੀ ਨਹੀਂ ਸੀ ਇਹ ਨਹੀਂ ਕਹਿ ਸਕਦੇ ਸੀ ਹੱਥ ਨਹੀਂ ਲਾਇਆ ਹੱਥ ਸਾਡੇ ਡੇਲੀ ਲੱਗਦੇ ਨੇ ਕਿ ਸਾਰੇ ਆਲੇ-ਦਾਲ ਪੀਣ ਵਾਲੀ ਨੇ ਤੇ ਉਦੋਂ ਤੱਕ ਅਸੀਂ ਆ ਬਲੈਕ ਡੌਗ ਮੈਂ ਕਹਿੰਦਾ ਵੀ ਕੋਈ ਛੱਡਿਆ ਨਹੀਂ ਹੋਣਾ ਕੋਈ ਵੀ ਜਿਹੜਾ ਮਹਿੰਗਾ ਬ੍ਰਾਂਡ ਕਿਉਂਕਿ ਅਸੀਂ ਦਵਾਈ ਦੇ ਵਿੱਚ ਰਹਿ ਕੇ ਆਏ ਮੈਂ ਘੱਟੋ-ਘੱਟ 2-3 ਇਦੋਂ ਮੈਂ 29 ਲੱਖ ਵਾਲੀ ਬੋਤਲ ਦਾ ਕੋਈ ਸੁਣੀ ਹੋਣੀ ਹੈਗੀ ਵੀ ਤੁਹਾਨੂੰ 80 ਤਾਂ ਭਾਈ ਇਹ ਵਾਰੀ ਸਰਚ ਮਾਰ ਲਈ ਦਵਾਈ ਦੇ ਵਿੱਚ ਜਿਹੜਾ ਉੱਥੇ ਸਾਡੇ ਉੱਥੇ ਪਤਾ ਨਹੀਂ ਉਹਨੂੰ ਕੀ ਕਹਿੰਦੇ ਹੁੰਦੇ ਸੀਗੇ ਹੁਣ ਤਾਂ ਭੁੱਲ ਗਿਆ ਮੈਂ ਠੇਕੇ ਨੂੰ ਸੁਪਿੰਨੀ ਸੁਪਿੰਨੀ ਕਹਿੰਦੇ ਹੁੰਦੇ ਤੇ ਆਪਣੇ ਠੇਕਾ ਕਹਿੰਦੇ ਆ ਵੀ ਉੱਥੇ ਮੈਂ 80000 70000 ਦੀ ਬੋਤਲ ਤਾਂ ਦੇਖੀ ਆ ਪਰ ਆ ਚੀਜ਼ਾਂ ਨਹੀਂ ਦੇਖੀਆਂ ਜਿਹੜੀ ਤੁਸੀਂ 29 ਲੱਖ ਦੀ ਲੱਖੀ ਲੱਖੀ ਦਾ ਭਾਈ ਅਸੀਂ 500 ਵਾਲੀ ਬੋਤਲ ਤਾਂ ਜਰੂਰ ਨਹੀਂ ਨਹੀਂ ਉਹ ਇੱਕ ਬੋਤਲ ਨੂੰ ਬੰਦਾ 21 ਪੀ ਜਾਂਦਾ 29 ਲੱਖ ਵਾਲੀ ਨੂੰ ਲਓ ਤਾਂ ਅਗਲੀ ਦੀ ਮਰਜ਼ੀ ਹੈ ਜੀ ਕਹੇ ਜਣੀ ਮਰਜ਼ੀ ਵੀ ਨੋ ਉਹ ਚਾਹੀਦੀ ਖਾਸੀਅਤ ਤਾਂ ਦੱਸੋ ਵੀ ਕੀ ਹੈ ਵੀ ਜਿਹੜੀ 29 ਲੱਖ ਦੀ ਉਹਦੀ ਖਾਸੀਅਤ ਤਾਂ ਹੋਊਗੀ ਬਈ ਤੇ ਤੂੰ ਟੁੱਕੇ ਨਾਲ ਹੀ ਟੱਲੀ ਕਰ ਦਾਂਦੀ ਹੋਣੀ 29 ਲੱਖ ਦੀ ਹਾਂ 28 ਲੱਖ ਦਾ ਆਪਣੇ ਮਿਲਾਂ ਦਾ 4 ਪੀਣੀਆਂ ਜੀ ਨਹੀਂ ਇਕੱਠਾ ਹੋਣਾ ਆਪਣੇ ਦਾ 4 ਮਹੀਨੇ ਕੀ ਤਾਂ ਨਹੀ ਨਾ ਦੋ ਚੱਲ ਮੰਨ ਲਓ ਇੱਕ ਕੀਲਾ ਵਧੀਆ ਮੋਟਰ ਵਾਲਾ ਆ ਜੂਗਾ ਲੈ ਹੁਣ ਬਈ ਲੋਕਾਂ ਕੋਲੇ ਬਹੁਤ ਕਰੋੜਾਂ ਰੁਪਈਆ ਅਰਬਾਂ ਖੁਰਬਾਂ ਆ ਉਹਦਾ ਵੀ ਨਹੀਂ ਸਕਦੇ ਲੋਕਾਂ ਕੋਲੇ ਬਹੁਤ ਹੈ ਜੀ ਇਹ ਗੱਲ ਤਾਂ ਮੁੱਕ ਨਹੀਂ ਜਾ ਸਕਦਾ ਕਿ 29 ਲੱਖ ਦੀ ਬੋਤਲ ਪੀਣੀ ਜਿਹੜਾ ਬੰਦਾ ਪੀ ਕੇ ਡੇਕਦਾ ਪਤਾ ਨਹੀਂ ਕਿੰਨੀ ਕਾ ਕਮਾਈ ਹੋਗੀ। ਹੋਰ ਜਿਹੜਾ ਦਿਹਾੜੀ ਕਰਨ ਵਾਲਾ ਬੰਦਾ ਫੀਮ ਕਿੱਥੋਂ ਖਾਲੂਆ। ਸਹੀ ਗੱਲ ਹੈ। ਠੀਕ ਹੈ ਨਾ। ਸਹੀ ਗੱਲ। ਇਹ ਤਾਂ ਸ਼ਰਮੇ ਵਰਗੀ ਮੋਟੀ ਮੁਰਗੀ ਖਾ ਸਕਦਾ। ਮੋਟੀ ਮੁਰਗੀ ਖਾ ਸਕਦਾ। ਮੋਟੀ ਮੁਰਗੀ ਦੇਖ ਲਓ ਕਿਹੜਾ। ਮੋਟੀ ਮੁਰਗੀ ਹੈ ਫਿਰ ਇੱਕ ਮੋਟੀ ਮੁਰਗੀ ਤਾਂ ਹੈਗੀ। ਇਹਨੂੰ ਮੋਟੀ ਮੁਰਗੀ ਕਿੱਥੋਂ ਕਹਦਾਂਗੇ ਆਪਾਂ? ਹੈ ਸਹੀ ਗੱਲ। ਇਹਨੂੰ ਕਹਦਾਂਗੇ ਮੋਟੀ ਨਹੀਂ ਕਹਿ ਸਕਦੇ ਜੀ। ਹਾਂ। ਕਿਉਂ ਜੀ ਦੱਸੋ ਜੀ ਤੁਸੀਂ ਤਾਂ ਬਹੁਤ ਬੀਤੀ ਸਾਡੇ ਸਾਹ ਬਣਾਣਾ ਦਾ ਜੀ ਦਵਾਈ ਦਬੂਈ ਵਸਤੀ ਵਰਤੀ ਹੋਈ 29 ਲੱਖ ਲੀ ਬੋਤਲ ਇਹ ਵੀ ਦਵਾਈ ਮੈਨੂੰ ਵੀ ਇੰਝ ਲੱਗਦਾ ਜੀ ਵੀ ਇੱਕ ਵਾਰੀ ਬੋਤਲ ਬਣਾ ਕੇ ਉਹਦਾ ਕਹਤਾ ਵੀ 29 ਲੱਖ ਉਹਦੀ ਬੋਲੀ ਲੱਗੀ ਹੋਣੀ ਤਾਂ ਕਰਕੇ 29 ਲੱਖ ਦੀ ਹੋਊਗਾ ਹੈਗੀ ਹੈ ਜੀ ਉਹ ਮੰਨ ਲਓ ਕਿ ਚੱਲੋ ਉਹਨੂੰ ਰੋਜ਼ ਖਰੀਦ ਸਕਦੇ ਆ ਆਪਾਂ ਜੇ ਪੀਣੀ ਹੈ ਲੈ ਕੇ ਖਰੀਦ ਸਕਦੇ ਆ ਭਾਈ ਜਿਹਨੇ ਪੀਣੀ ਉਹ ਤਾਂ ਜਿਹੜਾ ਪੀਂਦਾ ਤਾਂ ਪੀਂਦੀ 29 ਲੱਖ ਦਾ ਬ੍ਰਾਂਡ ਉਹ ਵੀ ਬਿਸਕੀ ਦਾ ਹਾਂ ਭਾਰਤ ਜ ਹੈਗੀ ਉਹ ਹੋਊਗੀ ਜੀ ਜਦੋਂ ਬਣੀਏ ਕੋਈ ਚੀਜ਼ ਹਾਂ ਹੋਊਗੀ ਤਾਂ ਹੈਗੀ ਫਿਰ ਇਹਦਾ ਇਨੀ ਰੂਟੀ ਨਹੀਂ ਹੈਗੀ ਲੋਕਾਂ ਕੋਲੇ 29 ਲੱਖ ਦੀ ਇੱਕ ਬੋਤਲ 30 ਲੱਖ ਦਾ ਇੱਕ ਭਾਂਡਾ 29 ਲੱਖ ਦੇਖਦੇ ਆਂ ਸਰਚ ਕਰਕੇ ਦੇਖਾਂਗੇ ਬੋਤਲ ਹੈਗੀ ਮੈਂ ਨਾ ਦੱਸੂ ਤੂੰ ਹੀ ਜਾ ਕੇ ਸਰਚ ਮਾਰ ਲਿਓ ਅੱਛਾ ਹੈਗੀ ਹੈ ਨੈਟ ਤੇ ਵੀ ਪਈ ਹੈ ਹਾਂ ਹੈਗੀ ਹੈ ਮੈਕਡਵਲ ਨੰਬਰ 1 ਹਾਂ ਇਹ ਤਾਂ 500 ਦੀ ਬੋਤਲ ਹੈ ਜੇ ਤੁਹਾਨੂੰ 29 ਲੱਖ ਦੀ ਬੋਤਲ ਕੋਈ ਪੀਣ ਨੂੰ ਦੇ ਤੇ ਪੀਓਗੇ ਕਿ ਸਾਹਮਣੇ ਰੱਖੋਗੇ ਤਾਂ ਸਾਹਮਣੇ ਰੱਖਾਂਗੇ ਕਿ ਵੇਚੋਗੇ ਵੇਚਣਾ ਵੇਚ ਵੇਚਨਸ ਕਰੂਗਾ ਇਹ ਬਹੁਤ ਸ਼ਾਨਦਾਰ ਬੰਦਾ ਹੈ ਵੇਚਨਸਮਾਨ ਬੰਦਾ ਇਹ ਹਾਂ ਇਹ ਪੈਸਾ ਨਹੀਂ ਖਰਚਦਾ ਸੀ ਹਰਮਨ ਕਿੱਲੀ ਲੈ ਲਈ ਵੇਚ ਲੈ ਸਾਰੇ ਜਣੇ ਵੀਡੀਓ ਸ਼ੇਅਰ ਕਰਦੀ ਹਾਂ ਕਈ ਵਾਰੀ ਤੁਹਾਨੂੰ ਲੱਭ ਜੇ ਕਿਤੇ ਡਿਗੀ ਹੋ ਜਣਾ 29 ਲੱਖ ਦੀ ਬੋਤਲ ਉਹਦਾ ਫਾਇਦਾ ਹੋ ਜਾਵੇ ਜਿੱਥੇ ਵਿਆਹ ਵਿਹੂ ਚ ਪਈ ਹੋਵੇ 29 ਲੱਖ ਦੀ ਮੈਂ ਥੱਲੇ ਪੈਰਾਂ ਕਣੀ ਦੇਖੀ ਤਰੂਗਾ ਵੀ 29 ਲੱਖ ਦੀ ਬੋਤਲ ਤੇ ਆ ਜੇ ਕਿਸੇ ਦੇ ਵਿਆਹ ਚ ਜਾਣਾ ਉੱਥੇ ਵੀ ਬਿਸਕੀਨਾ ਨਾ ਹੈਗੇ ਜੀ ਮੈਕਲਨ 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 ਸਰਚ ਮਾਰਦੇ ਇੰਗਰੇਜ਼ਾਂ ਗਰੂਜਾਂ ਦੀ दारू ਹੋਊਗੀ ਜਾਂ ਆਪਣੀ ਨਹੀਂ ਹੋਣੀ ਇਹ ਮੈਕਲਨ ਦਾ ਰੂ ਹੈ ਬਿਸਕੀ ਸਰਚ ਮਾਰ ਲੇ ਤੁਸੀਂ